ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਪਿੰਡ ਢਿੱਲੋਵਾਲ, ਜ਼ਿਲ੍ਹਾ ਅੰਮ੍ਰਿਤਸਰ ਖੜ੍ਹੇ ਹਾਂ। ਇੱਥੇ ਘਰ ਦੀ ਉਸਾਰੀ ਲਈ ਬੇਨਤੀ ਕੀਤੀ ਗਈ ਸੀ ਸੰਗਤ ਨੂੰ, ਔਰ ਹਮੇਸ਼ਾ ਹੀ ਤਰ੍ਹਾਂ ਵੱਧ ਚੜ੍ਹ ਕੇ ਮੋਢਾ ਲਾਇਆ ਜੈਟ ਸਿੰਘ ਟਰੱਸਟ ਨੇ ਹਰੇਕ ਸੇਵਾ ਦੇ ਵਿੱਚ। ਨਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੈਟ ਸਿੰਘ ਟਰੱਸਟ ਦਾ, ਹਰੇਕ ਸੇਵਾ ਦੇ ਵਿੱਚ ਅੱਗੇ ਵੱਧ ਚੜ੍ਹ ਕੇ ਮੋਢਾ ਲਾਉਂਦੇ ਆ, ਚਾਹੇ ਉਹ ਪੇਸ਼ੈਂਟ ਦੀ ਸੇਵਾ ਦੇ ਵਿੱਚ ਐਸੀ ਐਕਟਿਵ ਵੀਲਚੇਅਰ ਦੇਣੀਆਂ ਹੋਣ, ਚਾਹੇ ਉਹ ਸੇਵਾ ਸੰਸਥਾ ਦੇ ਵਿੱਚ ਮਰੀਜ਼ਾਂ ਦੀ ਸੇਵਾ ਚੱਲ ਰਹੀ ਹੈ, ਚਾਹੇ ਘਰਾਂ ਦੀ ਉਸਾਰੀ ਦੇ ਵਿੱਚ ਸੇਵਾ ਸਹਿਯੋਗ ਕਰਦੇ ਆ। ਨਾ ਹੁਣ ਇਸ ਪਿੰਡ ਢਿੱਲੋਵਾਲ ਦੇ ਵਿੱਚ ਜਦ ਪਹੁੰਚੇ ਸੀਗੇ, ਭੈਣ ਜੀ ਦੇ ਬੱਚੇ ਦੀ 2 ਸਾਲ ਦੀ ਫੀਸ ਪੈਂਡਿੰਗ ਪਈ ਸੀਗੀ, ਇੱਕ ਸ਼ੋਰਟ ਕਲਿੱਪ ਰਿਕਾਰਡ ਕਰਕੇ ਬੇਨਤੀ ਕੀਤੀ ਗਈ ਸੀ, ਔਰ ਉਹਨਾਂ ਨੇ ਵੱਧ ਚੜ੍ਹ ਕੇ ਸਹਿਯੋਗ ਪਾਇਆ। ਸੋ ਜੈਟ ਸਿੰਘ ਟਰੱਸਟ ਦਾ ਬਹੁਤ ਬਹੁਤ ਧੰਨਵਾਦ ਹੈ। ਭੈਣ ਜੀ, ਸੋਚਿਆ ਸੀਗਾ ਤੁਸੀਂ ਇੱਕ ਯੂਟਿਊਬ 'ਤੇ ਵੀਡੀਓ ਦੇਖਿਆ ਔਰ ਮੈਸੇਜ ਕੀਤਾ, ਕਿਆ ਸੋਚ ਕੇ ਮੈਸੇਜ ਕੀਤਾ ਜੀ? ਕਿ ਚਲੋ ਤੁਸੀਂ ਆਓਗੇ ਜ਼ਰੂਰ, ਅਤੇ ਬੱਚੇ ਵਾਸਤੇ ਤੁਸੀਂ ਆਏ, ਤੁਸੀਂ ਸਾਡੀ ਹੈਲਪ ਕੀਤੀ, ਹੁਣ ਤੁਸੀਂ ਸਾਡੇ ਪੁੱਠੇ ਲੱਗੇ ਪਾਉਣ। ਤੁਹਾਨੂੰ ਬਾ ਕਮਾਲ ਸੇਵਾ ਨਹੀਂ ਲੱਗਦੀ? ਇੱਕ ਫੋਨ ਨੇ ਤੁਹਾਡੀ ਜ਼ਿੰਦਗੀ ਬਦਲਤੀ ਪੂਰੇ ਪਰਿਵਾਰ ਦੀ, ਹੈ ਨਾ? ਮੈਨੂੰ ਕੁਛ ਦੱਸੋਗੇ ਕਿ ਕਿੰਨੀ ਕੁ ਜ਼ਿਆਦਾ ਇੰਪੋਰਟੈਂਟ ਹੈ ਇਹ ਸੇਵਾ ਤੁਹਾਡੇ ਪਰਿਵਾਰ ਦੇ ਲਈ? ਮੈਂ ਦੇਖ ਰਿਹਾ ਸੀ ਅੰਦਰ ਸਾਰਾ ਘਰ ਚੋਂਦਾ ਹੈ ਨਾ, ਹੈ ਨਾ? ਇਹ ਵਾਸ਼ਰੂਮਸ ਨੇ, ਬਸ ਵਾਸ਼ਰੂਮ 'ਚ ਬੂਹੇ ਵੀ ਨਹੀਂ ਲੱਗੇ ਹੋਏ ਨਾ। ਇੱਕ ਔਰਤ ਹੋਣ ਦੇ ਨਾਤੇ ਕਿੰਨਾ ਕੁ ਜ਼ਿਆਦਾ ਔਖਾ ਹੋ ਸਕਦਾ, ਤੁਸੀਂ ਆਪ ਸੋਚ ਸਕਦੇ ਹੋ ਨਾ। ਬੇਨਤੀ ਕੀਤੀ ਗਈ ਸੀ, ਔਰ ਇਹ ਸਾਰਾ ਘਰ ਜੋ ਹੈ ਬਰਸਾਤਾਂ ਦੇ ਵਿੱਚ ਚੋਂਦਾ ਪੈਂਦੀ ਹੈ? ਹਾਂਜੀ ਹਾਂਜੀ, ਬਰਸਾਤਾਂ 'ਚ ਬਹੁਤ ਜ਼ਿਆਦਾ ਚੋਂਦਾ ਵਾ, ਸਾਰਾ ਚੋਂਦਾ। ਹਾਂਜੀ, ਤੇ ਤੁਹਾਡੀ ਤੁਹਾਡੀ ਰਸੋਈ ਕਿੱਥੇ ਹੈ? ਇਹੀ ਸਾਡੀ ਰਸੋਈ ਜੀ, ਇੱਥੇ ਰਸੋਈ, ਇੱਥੇ ਹੀ ਖਾਣਾ ਪਾਣੀ ਚੱਲਦਾ? ਹਾਂਜੀ, ਇੱਥੇ ਹੀ ਜਦੋਂ ਬਾਰਿਸ਼ ਹੁੰਦੀ ਹੈ, ਫਿਰ ਜਦ ਬਾਰਿਸ਼ ਹੁੰਦੀ ਹੈ ਸਾਰਾ ਚੋਰਿਆ ਹੁੰਦਾ ਹੈ, ਸਾਰਾ ਚੋਂਦਾ, ਹੈ ਨਾ? ਸੰਗਤ ਜੀ, ਇਹਨਾਂ ਕੰਡੀਸ਼ਨਸ ਦੇ ਵਿੱਚ ਸੇਵਾ ਦੇ ਵਿੱਚ ਸਹਿਯੋਗ ਪਾਇਆ ਜਾਂਦਾ ਹੈ। ਜੈਟ ਸਿੰਘ ਟਰੱਸਟ ਦਾ ਬਹੁਤ ਬਹੁਤ ਧੰਨਵਾਦ ਹੈ, ਲਗਾਤਾਰ ਅੱਡ ਅੱਡ ਘਰਾਂ ਦੇ ਉਸਾਰੀ ਦੇ ਵਿੱਚ ਸਹਿਯੋਗ ਪਾ ਰਹੇ, ਔਰ ਬਹੁਤ ਸਾਰੇ ਓਪਰੇਸ਼ਨਸ PGI ਦੇ ਵਿੱਚ ਸਪੋਂਸਰ ਕੀਤੇ ਜਾ ਰਹੇ, ਨਾਲ ਨਾਲ ਜਿਨ੍ਹਾਂ ਦੀ ਸਪਾਈਨਲ ਕੋਡ ਇੰਜਰੀ ਹੁੰਦੀ ਹੈ, ਰੀੜ੍ਹ ਦੀ ਹੱਡੀ ਟੁੱਟੀ ਹੁੰਦੀ ਹੈ, ਉਹਨਾਂ ਪੇਸ਼ੈਂਟਸ ਦਾ ਸੇਵਾ ਸਹਿਯੋਗ ਲਗਾਤਾਰ ਚੱਲ ਰਿਹਾ। ਫਿਲਹਾਲ 2 ਲੱਖ ਰੁਪਏ ਦਾ ਚੈੱਕ ਦੇ ਕੇ ਚੱਲੇ ਹਾਂ, ਜਿਵੇਂ ਜਿਵੇਂ ਘਰ ਦੀ ਉਸਾਰੀ ਦਾ ਕੰਮ ਅੱਗੇ ਵਧੇਗਾ, ਉੱਦਾਂ ਉੱਦਾਂ ਹੋਰ ਮਾਇਆ ਐਕਸਟੈਂਡ ਕੀਤੀ ਜਾਏਗੀ। ਆ ਭੈਣ ਜੀ, 2 ਲੱਖ ਰੁਪਏ ਨੇ, ਇਹਨੂੰ ਖਾਤੇ 'ਚ ਲਾ ਦਿਓ, ਤੁਹਾਡੇ ਖਾਤੇ 'ਚ ਪੈਸੇ ਆ ਜਾਣਗੇ, ਠੀਕ ਹੈ ਜੀ? ਸੋ ਫਤਿਹ ਦੀ ਸਾਜ ਨਾਲ ਵੀਡੀਓ ਕਲੋਜ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।